ਅੱਜ ਕਾਂਗਰਸ ਪਾਰਟੀ ਨੇ ਆਪਣਾ ਚੋਣ ਮੈਨੀਫੈਸਟੋ ਜਾਰੀ ਕੀਤਾ ਦੇਸ਼ ਦੇ ਲਈ। ਮੈਂ ਸਮਝਦਾ ਇਹ ਇੱਕ ਝੂਠ ਦਾ ਪਲੰਦਾ ਹੈਗਾ, ਜਿਸ ਤਰ੍ਹਾਂ ਇਸ ਤੋਂ ਪਹਿਲਾਂ ਬਹੁਤ ਸਾਰੇ ਚੋਣ ਮੈਨੀਫੈਸਟੋ ਕਾਂਗਰਸ ਪਾਰਟੀ ਨੇ ਜਾਰੀ ਕੀਤੇ ਨੇ, ਔਰ ਹਰੇਕ ਵਾਰ ਇਹ ਕਿਹਾ ਗਿਆ ਵੀ ਅਸੀਂ ਕਿਸਾਨਾਂ ਦੇ ਹਮਾਇਤੀ ਹਾਂ, ਅਸੀਂ ਨੌਜਵਾਨਾਂ ਦੇ ਹਮਾਇਤੀ ਹਾਂ, ਅਸੀਂ ਦਲਿਤਾਂ ਦੇ ਹਮਾਇਤੀ ਹਾਂ, ਅਸੀਂ ਗਰੀਬੀ ਚੱਕ ਦਿਆਂਗੇ, ਪਰ ਲੇਕਿਨ ਹਰੇਕ ਵਾਰ ਗਰੀਬਾਂ ਦੀ ਸੰਖਿਆ ਵੱਧਦੀ ਰਹੀ ਆ, ਹਰੇਕ ਵਾਰ ਕਿਸਾਨਾਂ ਦੀ ਹੱਤਿਆਵਾਂ ਵੱਧਦੀਆਂ ਰਹੀਆਂ ਨੇਗੀਆਂ, ਹਰੇਕ ਵਾਰ ਸਾਡਾ ਬੇਰੁਜ਼ਗਾਰ ਹੋਰ ਬੇਰੁਜ਼ਗਾਰ ਹੁੰਦਾ ਜਾ ਰਿਹਾ। ਸੋ ਮੈਂ ਸਮਝਦਾ ਜਿਹੜਾ ਇਹ ਚੋਣ ਮੈਨੀਫੈਸਟੋ ਇੱਕ ਝੂਠ ਦਾ ਪਲੰਦਾ ਗਾ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਗੁਜਰਾਤ ਵਿੱਚ ਜਾ ਕੇ ਅਮਿਤ ਸ਼ਾਹ ਜੀ ਦੇ ਨੋਮੀਨੇਸ਼ਨ ਪੇਪਰ ਦਾਖਲ ਕਰਵਾ ਕੇ ਇਸ ਗੱਲ ਦਾ ਸਬੂਤ ਦਿੱਤਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਜਿਹੜੇ ਉਹ ਐਂਟੀ ਸਿੱਖ ਨੇ, ਉਹ ਐਂਟੀ ਕਿਸਾਨ ਨੇ, ਕਿਸਾਨ ਵਿਰੋਧੀ ਨੇ, ਕਿਉਂਕਿ ਗੁਜਰਾਤ ਦੇ ਵਿੱਚ ਜਿੰਨੇ ਵੀ ਸਿੱਖ ਭਾਈਚਾਰੇ ਦੇ ਲੋਕ ਜਿਹੜੇ ਉੱਥੇ ਜਾ ਕੇ ਕਿਸਾਨੀ ਦਾ ਕੰਮ ਕਰ ਰਹੇ ਨੇਗੇ, ਜਾ ਕੇ ਜ਼ਮੀਨ ਆਬਾਦ ਕਰਕੇ ਇਹਨਾਂ ਨੇ ਆਪਣੀ ਜ਼ਮੀਨ ਆਬਾਦ ਕੀਤੀ ਆ, ਆਪਦੀ ਮਿਹਨਤ ਮੁਸ਼ਕਤ ਕਰਕੇ ਉਹਨਾਂ ਦੀ ਜ਼ਮੀਨ ਜਿਹੜੀ ਹੈਗੀ ਬੀਜੇਪੀ ਹਥਿਆਉਣਾ ਚਾਹੁੰਦੀ ਆ। ਸਰਦਾਰ ਭਗਵੰਤ ਸਿੰਘ ਮਾਨ ਜਿਹੜੇ ਕਿ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਨੇ, ਉਹਨਾਂ ਨੇ ਬੜਾ ਖੂਬੀ ਜਿਹੜੇ ਪੰਜਾਬ ਦੇ ਮੁੱਦੇ ਨੇ, ਖਾਸ ਤੌਰ 'ਤੇ ਮੈਂ ਸਮਝਦਾ ਵੀ ਚਿੱਟ ਫੰਡ ਕੰਪਨੀਆਂ ਦਾ ਮੁੱਦਾ, ਪਰਵਲਕ ਮੁੱਦਾ, ਔਰ ਜਿੰਨੀਆਂ ਜਿਹੜੀਆਂ ਇਹ ਕੰਪਨੀਆਂ ਸੀ ਇਹਨਾਂ ਇਹ ਕੰਪਨੀ ਜਿਹਨਾਂ ਨੇ ਪੰਜਾਬ ਨੂੰ ਲੁੱਟਿਆ, ਖਾਸ ਤੌਰ 'ਤੇ ਸਾਡੇ ਇਲਾਕੇ ਦੇ ਵਿੱਚ ਸੰਗਰੂਰ ਦੇ ਵਿੱਚ ਬਰਨਾਲੇ ਦੇ ਵਿੱਚ ਇਹਨਾਂ ਕੰਪਨੀਆਂ ਨੇ ਆਪਣਾ ਬਹੁਤ ਵੱਡਾ ਜਾਲ ਵਿਛਾਇਆ ਹੋਇਆ ਸੀਗਾ, ਉਹ ਜਿਹੜੀ ਲੁੱਟ ਖਸੁੱਟ ਹੋਈ ਸੀ ਉਸ ਨੂੰ ਸਰਦਾਰ ਭਗਵੰਤ ਸਿੰਘ ਮਾਨ ਨੇ ਪਾਰਲੀਮੈਂਟ ਦੇ ਵਿੱਚ ਬਾਖੂਬੀ ਦੇ ਨਾਲ ਉਠਾਇਆ, ਔਰ ਇਸੇ ਕਰਕੇ ਮੈਂ ਸਮਝਦਾ ਵੀ ਕੇਂਦਰ ਸਰਕਾਰ ਝੁਕੀ ਹੈ।